ਸਸਤੀ ਘਾਲੀ ਸਾਰਾ ਨੂੰ ਉਮੀਦ ਕਰਦਾ ਸਾਰੇ ਠੀਕ ਤੇ ਖੁਸ਼ ਹੋਮ ਹੋਗੇ ਅੱਜ ਇੱਕ ਇਦਾਂ ਦੀ ਘਟਨਾ ਵਾਪਰੀ ਆ ਕਿ ਵੀ ਦੱਸਣ ਵੇਲੇ ਵੀ ਲੱਗਦਾ ਵੀ ਯਾਰ ਬਾਕੀ ਇਹ ਸੱਚ ਹੋਊਗਾ ਕਿ ਬਾਈ ਝੂਠ ਬੋਲਦਾ ਨਾ ਅੱਜ ਨਾ ਮੈਂ ਜਦੋਂ ਅਚਾਨਕ ਉਹਦੀ ਡਿਊਟੀ ਤੇ ਆ ਰਿਹਾ ਸੀ ਰਸਤੇ ਦੇ ਵਿੱਚ ਨਾ ਮੈਨੂੰ ਇੱਕ ਵੀਰ ਮਿਲਿਆ ਬੋਰਡ ਦੇ ਉੱਪਰ ਆ ਕਿ ਉਹ ਮਰ ਕੇ ਜਾ ਰਿਹਾ ਸੀ ਆਪਣੇ ਵੋਟ ਦੇ ਉੱਪਰ ਹਨ ਜੋ ਮੈਨੂੰ ਦੂਰੋਂ ਇਹ ਦੇਖ ਦੂਰੋਂ ਮੈਂ ਦੇਖਾਂ ਮੈਂ ਯਾਰ ਬੰਦਾ ਬੋਲ ਬਾਲੇ ਪਿੱਛੇ ਬੈਠਿਆ ਵੀ ਮੈਨੂੰ ਇਹ ਹੁਣ ਵਿਚ ਲੱਗੇ ਕਈ ਵਾਰ ਹਨ ਆਪਾਂ ਬੈਗ ਬੂ ਰੱਖ ਲੈਣਾ ਵੀ ਬੈਗ ਰੱਖਿਆ ਹੋਊਗਾ ਜਦੋਂ ਮੈਂ ਉਹਦੇ ਕੋਲ ਦੀ ਕ੍ਰਾਸ ਕੀਤਾ ਤਾਂ ਉਹਨੇ ਜਿਹੜਾ ਇੱਕ ਮੋਟਰਸਾਈਕਲ ਬੋਲਟ ਹੈ ਇਹ ਕਿੱਡਾ ਵੱਡਾ ਸਾਧਨਾ ਜਿਹੜਾ ਹਨ ਤੇ ਉਹਨੂੰ ਇਹ ਕਹਿੰਦੇ 9-10 ਸਾਲ ਦਾ ਬੱਚਾ ਹੋਣਾ ਜਿਹੜਾ ਉਹਨੇ ਚਲਾ ਰਿਹਾ ਸੀਗਾ ਤੇ ਉਹ ਬੋਲਟ ਵੀ ਜਿਹੜੇ ਹੁਣ ਨਵੇਂ ਨਿਊ ਮਾਡਲ ਆਏ ਨੇ ਉਹ ਬੋਲਟ ਸੀਗਾ ਤੇ ਉਹਦਾ ਨਾ ਐਕਸੀਲੇਟਰ ਇਦਾਂ ਦਾ ਵੀ ਉਹ ਆਪਣੇ ਆਪ ਚੱਲੀ ਜਾਂਦਾ ਹਨਾ ਜੋ ਬੱਚਾ ਨੂੰ ਫੜਾ ਦਈਏ ਤੇ ਜਾਂ ਤੁਸੀਂ ਕੱਥ ਛੱਡ ਦੋ ਰੇਸ ਛੱਡ ਦੋ ਉਹ ਆਪਣੇ ਆਪ ਚੱਲੀ ਜਾਂਦਾ ਉਹ ਤੇ ਇਦਾਂ ਦਾ ਸਿਸਟਮ ਜਿਹੜਾ ਲੱਗਿਆ ਹੋਇਆ ਆ ਹੋਰ ਮੋਟਰਾਂ ਨਾਲ ਤਰ੍ਹਾਂ ਨਹੀਂ ਹੈਗਾ ਇਹ ਬੰਦ ਹੋ ਜੇ ਅੱਗੇ ਦਿੱਕਤ ਆਊਗੀ ਤਾਂ ਮੈਨੂੰ ਜੋ ਕਹਾਂ ਮੈਂ ਵੀਰੇ ਵੀ ਇਹ ਤੁਹਾਡੇ ਵਾਸਤੇ ਚੰਗੀ ਗੱਲ ਨਹੀਂ ਹੈਗੀ ਹਨਾ ਮੈਨੂੰ ਕਹਿੰਦਾ ਬਾਈ ਮੈਨੂੰ ਨਸ਼ੇ ਮਤਾਂ ਪਹਿਲਾਂ ਹੀ ਬਹੁਤ ਦੁਖੀ ਆ ਮੈਂ ਕਿਹਾ ਮਾਇਆ ਮਈ ਹੋਰ ਦੁਖੀ ਹੋਣਾ ਚਾਹਣਾ ਤੂੰ ਆਪਣੇ ਬੱਚੇ ਨੂੰ ਆਪ ਮੌਤ ਦੇ ਮੂੰਹ ਵਿੱਚ ਦੇ ਰਿਹਾ ਕਹਾਂ ਦੇਖੀ ਜੋ ਬਈ ਜਿਹੜਾ ਕੁਝ ਹੋਊਗਾ ਤਾਂ ਕੀ ਲੈਣਾ ਮੈਨੂੰ ਕਹਿੰਦਾ ਮੈਨੂੰ ਇੱਕ ਵਾਰ ਉਸੇ ਬਹੁਤ ਗੁੱਸਾ ਚੜਿਆ ਐਦਾਂ ਮੈਨੂੰ ਗੁੱਸਾ ਚੜਿਆ ਮੇਰਾ ਜੀ ਕਰੇ ਨਾ ਵੀ ਮੈਂ ਲਾਈਵ ਹੋ ਜਾਂ ਵੀ ਲਾਈਵ ਹੋ ਕੇ ਇਸ ਬੰਦੇ ਦਾ ਮੈਂ ਜਰੂਰ ਕੱਢਾਂ ਹਨਾ ਫਿਰ ਇਹ ਜੀ ਸੋਚੀ ਵੀ ਚਲੋ ਛੱਡੋ ਯਾਰ ਪਰੇ ਕੋਈ ਗੱਲ ਇਹ ਦੁਨੀਆ ਸਮਝਦੀ ਨਹੀਂ ਹੈਗੀ ਇਹਨਾਂ ਨੂੰ ਸੁਝਾਉਣਾ ਬਹੁਤ ਔਖਾ ਹੈ ਜੇ ਸੰ ਰੋਮੀ ਨੂੰ ਬੋਲਿਆ ਸੀ ਉਸ ਸਾਹਬ ਨਾਲ ਮੇਰਾ ਬਹੁਤ ਮਨ ਖਰਾਬ ਹੋਇਆ ਤੇ ਪਰ ਆਪ ਮੂਰੋ ਗੁੱਸਾ ਨਹੀਂ ਆਉਂਦਾ ਜੇ ਕਿਤੇ ਮੈਨੂੰ ਗੁੱਸਾ ਗਸਾ ਆ ਜਾਂਦਾ ਉੱਥੇ ਹੋ ਸਕਦਾ ਉਹਨਾਂ ਹੱਥੋਂ ਪਈ ਹੋ ਜਾਂਦੀ ਇਹਦਾ ਮਤਲਬ ਤਾਂ ਤੁਹਾਨੂੰ ਲੋਕਾਂ ਨੂੰ ਸਮਝਾਉਣਾ ਜਿਹੜਾ ਉਹ ਫਾਲਤੂ ਹੈ ਹਨ ਉਹ ਕਹਿੰਦਾ ਵੀ ਮੈਂ ਤਾਂ ਪਹਿਲੇ ਹੀ ਬਹੁਤ ਦੁਖੀ ਹਾਂ ਬੀ ਚੱਲ ਜਾ ਜੇ ਤੂੰ ਦੁਖੀ ਹੈ ਹਨਾ ਉਹਦਾ ਕੋਈ ਬਹਿ ਕੇ ਸੋਲੂਸ਼ਨ ਹੱਲ ਕਰ ਲੈ ਵੀ ਤੂੰ ਮੋਟਰਸਾਈਕਲ ਬੱਚੇ ਨੂੰ ਫੜਾ ਫੜਾ ਰੱਖਿਆ ਹੈ ਜਿਹਦੇ ਕੋਲੇ ਕੋਈ ਚਰਾਉਣ ਦੀ ਪਾਵਰ ਨਹੀਂ ਕੋਈ ਬਾਲਗ ਨਹੀਂ ਹੈਗਾ ਉਹ ਤੇ ਉਹਨੂੰ ਫੜਾ ਕੇ ਮੋਟਰਸਾਈਕਲ ਕੋਈ ਦੁਖਸ ਹਵਲਾ ਹੋ ਜਾਊਗਾ ਜੇ ਉੱਥੇ ਕੋਈ ਹੋਰ ਵੱਡੀ ਘਟਨਾ ਵਾਪਰ ਜਾਂਦੀ ਆ ਕਿ ਕੋਈ ਇਸ ਗੱਡੀ ਲੱਗੇ ਵਿੱਚ ਕੋਈ ਟਰੱਕ ਲੱਗੇ ਕੋਈ ਬੱਸ ਲੱਗੇ ਫਿਰ ਕਦੋਂਗੇ ਪਰਮਾਤਮਾ ਨੇ ਮਨਜੂਰ ਸੀ ਪਰਮਾਤਮਾ ਕਹਿੰਦਾ ਤੁਹਾਨੂੰ ਪਰਮਾਤਮਾ ਕਹਿੰਦਾ ਉਹਨੂੰ ਵੀ ਹਾਂ 9 ਸਾਲ ਦੇ ਦਾਸਾਂ ਦੇ ਬੱਚੇ ਨੂੰ ਮੋਟਰਸਾਈਕਲ ਫੜਾ ਦਿਓ ਜਾਂ ਟਰੈਕਟਰ ਫੜਾ ਦਿਓ ਜਾਂ ਗੱਡੀ ਫੜਾ ਦਿਓ ਹੋਇਆ ਕੀ ਹੈ ਬਹੁਤ ਵਾਰ ਇਸ ਨੂੰ ਜਾਂ ਸੁਣਿਆ ਦੇਖ ਲਿਆ ਹਨਾ ਤੇ ਮੁੰਲਾ ਦਾ ਤੁਸੀਂ ਸਮਝਦੇ ਨਹੀਂ ਹੈਗੇ ਪਰ ਕੋਈ ਗੱਲ ਨਹੀਂ ਮੇਰੀ ਤਾਂ ਪ੍ਰਮਾਤਮਾ ਜਿਹੜੀ ਜ਼ਿੰਮੇਵਾਰੀ ਲਈ ਜਾ ਮੈਂ ਤਾਂ ਨਹੀਂ ਪਿੱਛੇ ਹਟਦਾ ਮੈਂ ਤਾਂ ਹਰ ਸਮੇਂ ਹਾਰ ਟਾਈਮ ਸਮਝਾਉਣ ਦੀਆਂ ਗੱਲਾਂ ਕਰਦਾ ਰਹੂੰਗਾ ਪਰ ਉਹਨਾਂ ਪੁੱਛ ਕੇ ਦੇਖੋ ਜਿਨ੍ਹਾਂ ਕੋਈ ਲਾਦਾ ਨਹੀਂ ਆ ਉਹਨਾਂ ਪੁੱਛ ਕੇ ਦੇਖੋ ਜਿਨ੍ਹਾਂ ਕੋਈ ਲਾਦਾ ਨਹੀਂ ਆ ਇਹ ਕੋਈ ਕਰੰਨੀ ਦੁਕਾਨ ਤੋਂ ਜਾਂ ਸ਼ੋਰੂਮ ਚ ਜਾਂ ਚੰਡੀਗੜ੍ਹ 17 ਸੈਕਟਰ ਚ ਨਹੀਂ ਮਿਲਦੇ ਹੈਗੇ ਹਨਾ ਜਾ ਕਿਸੇ ਕੋਈ ਵੱਡੀ ਦੁਕਾਨ ਖੋਲੀ ਹੋਈ ਆ ਵੀ ਜਾ ਕੇ ਬਈ ਐਨੇ ਦਾ ਕਿਲੋ ਪਾ ਦੇ ਜਾਂ ਕੁਆਂਟਲ ਦੇ ਦੇ ਨਾ ਉਹਨਾਂ ਮਾਮਾ ਨੂੰ ਪੁੱਛੋ ਜਿਹੜੇ 9-9 ਮਹੀਨੇ ਇਹਨਾਂ ਨੂੰ ਪੇਟ ਚ ਰੱਖਦਿਆਂ ਨੇ ਕਿੰਨੀ ਤਕਲੀਫ ਚਲਦਿਆਂ ਨੇ ਤੁਸੀਂ ਆ ਵੀ ਦੇਖੋ ਤੁਸੀਂ ਕਿਹੜੇ ਗੁਰਦੁਆਰੇ ਜਾਂ ਮੰਦਿਰ ਜਾਂ ਮਸਜਿਦ ਦੇ ਵਿੱਚ ਨਹੀਂ ਜਾਂਦੇ ਦੱਸ ਮੈਨੂੰ ਕਹਿੰਦਾ ਬਾਈ ਮੈਂ ਤਾਂ ਪਹਿਲੇ ਹੀ ਬਹੁਤ ਹੋ ਗਈਆਂ ਦੁਖੀ ਤਾਂ ਹਰ ਇੱਕ ਇਨਸਾਨ ਹੈ ਨਾਨਕ ਦੁਖੀਆ ਸਭ ਸੰਸਾਰ ਸੁਖੀ ਕਿਹੜਾ ਇੱਕ ਵੀ ਬੰਦਾ ਵੀ ਕਹ ਦੇ ਜਿਹੜਾ 100% ਸੁਖੀ ਹੋਵੇ ਹਰ ਇੱਕ ਬੰਦੇ ਨੂੰ ਕੋਈ ਨਾ ਕੋਈ ਦੁੱਖ ਹੈਗਾ ਹੀ ਆ ਉਹ ਜਦਾਂ ਮਰਜੀ ਦਾ ਦੁੱਖ ਹਰੇਕ ਬੰਦਾ ਦੁਖੀ ਆ ਕੋਈ ਲਾਜ਼ ਬਸੇ ਦੁਖੀ ਆ ਤੇ ਕੋਈ ਆਪਦੇ ਆਪ ਚ ਦੁਖੀ ਹੈ ਕਿਸੇ ਨੂੰ ਕੋਈ ਕਿਤੇ ਨਹੀਂ ਜੇ ਉਹ ਕੁਝ ਵੀ ਲਾ ਲਓ ਮਾਲਕੇ ਸਿਸਟਮ ਹੈ ਤੁਹਾਡਾ ਆਪਣਾ ਇਦਾਂ ਦਾ ਹੋਇਆ ਪਿਆ ਵੀ ਹਰ ਇੱਕ ਬੰਦਾ ਦੁਖੀ ਆ ਹਨਾ ਤੇ ਫੇ ਉਹ ਬੱਚੇ ਨੂੰ ਦਸ ਮੋਟਰਸਾਈਕਲ ਦਾ ਵੀ ਸੌਖਾ ਹੋ ਜੂਗਾ ਹਨਾ ਹਨਾ ਮੁੜ ਕੇ ਫਿਰ ਲੰਗੇ ਬਿਹੱਥ ਨਹੀਂ ਆਉਂਦੇ ਭਾਈ ਫਿਰ ਕਿਸੇ ਨੂੰ ਵੱਡੀ ਗੱਡੀ ਨੂੰ ਕਸੂਰ ਨਾ ਦਿਆ ਕਰੋ ਫਿਰ ਫਿਰ ਜਾ ਕਰੋ ਕਲੇਮ ਲੈਂਦੇ ਹਨਾ ਫਿਰ ਤੁਸੀਂ ਕਲੇਮ ਕੀ ਕਰਨੇ ਜੋ ਤੁਹਾਡੇ ਕੋਲੇ ਬੱਚਾ ਤੁਹਾਡੇ ਹੱਥ ਚ ਰਿਹਾ ਬਹੁਤ ਮਨ ਕਰ ਰਿਹਾ ਸੀ ਇੱਕ ਵਾਰੀ ਤਾਂ ਵੀ ਮੈਂ ਲਾਈਵ ਹੋ ਜਾਾਂ ਪਰ ਮੈਨੂੰ ਇਹ ਸਮਝ ਆ ਲਿਆ ਮੈਂ ਛੱਡ ਯਾਰ ਪਰੇ ਕੀ ਕਰੀ ਹੈ ਨਾ ਸਮਝੋ ਬਾਈ ਸਮਝੋ ਇਹ ਬੇੜਾ ਹੈ ਨਾ ਇਹ ਲੰਘਿਆ ਵੇਲਾ ਮੁੜ ਕੇ ਹੱਥ ਨਹੀਂ ਆਉਣਾ ਉਹਨਾਂ ਪੁੱਛ ਕੇ ਦੇਖੋ ਜਿਹਨਾਂ ਕੋਲ ਲਾਦੇ ਨੇ ਸਾਰੇ-ਸਾਰੇ ਮਲਾਂ ਕਹਿੰਦੇ ਆ ਬੱਚੇ ਕੋਲ ਲੈ ਕੇ ਰੱਖਦੇ ਨੇ ਪਰ ਆਪਦੀ ਲਾਦ ਆਪਦੀ ਹੁੰਦੀ ਹੈ ਸੰਭਲ ਜਾਓ ਬਾਈ ਸੰਭਲ ਜਾਓ ਮੈਂ ਪਿੱਛੇ ਨਹੀਂ ੜਦਾ ਵੀਰੇ ਜਿਹਨਾਂ ਜੋ ਕੇ ਕੰਮ ਚੱਲ ਤੁਸੀਂ ਨਹੀਂ ਸੁਧਰ ਰਹੇ ਹਨ ਮੈਂ ਤਾਂ ਇਦਾਂ ਟੋਕਦਾ ਰਹੂੰਗਾ ਕਿਉਂਕਿ ਮੈਂ ਜਦੋਂ ਘਰੋਂ ਤੁਰਦਾ ਹਾਂ ਤਾਂ ਤਕਰੀਬਨ ਮੈਂ ਡਿਊਟੀ ਤੱਕ ਹਰ ਰੋਜ਼ ਕੋਈ ਨਾ ਤਗਾਦਾ ਮੈਨੂੰ ਉਹ ਸਿਸਟਮ ਮਿਲਦਾ ਨਹੀਂ ਦਾ ਇਹ ਕੰਮ ਕਰਦੇ ਨੇ ਠੀਕ ਹੈ ਇਸ ਲਈ ਤੁਹਾਨੂੰ ਬੇਨਤੀ ਹੈ ਵੀ ਸੁਧਰਿਓ ਬੰਦੇ ਬਣ ਜਾਓ ਠੀਕ ਹੈ ਭਾਈ ਜੇ ਨਹੀਂ ਬੰਦਣਾ ਤਾਂ ਠੀਕ ਹੈ ਮਰਨਾ ਮਰੀ ਚੱਲੋ ਪਰ ਆਪਾਂ ਨੂੰ ਕੀ ਹੈ ਪਰ ਜੋ ਮੇਰਾ ਫਰਜ਼ ਹੈ ਮੇਰੀ ਸੇਵਾ ਮੈਂ ਕਰਦਾ ਰਹੂੰ ਠੀਕ ਹੈ ਇਸ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ